second floor and the ground floor teachers और एक पंजाबी fusions लेके आ रहे हैं। And
they also like that. So it's not like that कि आज यहाँ का त्योहार मना रहे हैं या आज ऐसे Women's Day celebrate कर रहे हैं तो आज दा ही दिन सोड़ा सड़ा है तो ऐसे आज ही नड़ा अपने आप को celebrate करते हैं. Every day you should look at the best of your personality. हर रोज तुम अपने आप को अपना best दिखाना. अभी थोड़ी देर पहले मेरी प्रीविंग की कोऑर्डिनेटर मुझे बोल रही थी कि मैम मेरी आज जो चीजें हैं ना सारी बहुत सज धज के आई हुई है, बड़ी अच्छी लग रही है. तो आई सेड दैट कि सिर्फ एक दिन ही नहीं, हर रोज दे शुड कम लाइक दिस. क्योंकि वुमेन एक ऐसी हस्ती जिहड़ी है रब ने बनाई है जिहदा कोई पार नहीं पा सकता. ਉਹ ਇੰਨੀ ਕੁ ਡੂੰਘੀ ਹੈ ਕਿ ਨੋਬਡੀ ਕੈਨ ਅੰਡਰਸਟੈਂਡ. ਰੱਬ ਵੀ ਬਣਾ ਕੇ ਨਹੀਂ ਸਮਝ ਸਕਿਆ. ਠੀਕ ਹੈ, ਇੱਕ ਪਲ 'ਚ ਕੁਛ ਹੋਰ ਹੈ ਤਾਂ ਦੂਜੇ ਪਲ 'ਚ ਕੁਛ ਹੋਰ ਹੈ. ਜੇ ਬੱਚੇ ਨਾਲ ਨਾਰਾਜ਼ ਵੀ ਹੁੰਦੀ ਹੈ ਇੱਕ ਪਲ ਦੇ ਵਿੱਚ, ਗਾਲਾਂ ਕੱਢ ਦੇਗੀ, ਬਹੁਤ ਕੁਛ ਉਹਨੂੰ ਬੋਲੇਗੀ, ਇੱਧਰ ਨਹੀਂ ਕਰਨਾ, ਉੱਧਰ ਨਹੀਂ ਕਰਨਾ. ਬਟ ਵਿਦਇਨ ਅ ਸੈਕਿੰਡ ਔਰ ਆਫਟਰ 5-10 ਮਿੰਟਸ ਉਹੀ ਲੇਡੀ ਉਹੀ ਆਪਣੇ ਬੱਚੇ ਨੂੰ ਫਿਰ ਦੁਬਾਰਾ ਉੱਦਾਂ ਹੀ ਪਿਆਰ ਨਾਲ ਰੋਟੀ ਸਰਵ ਕਰਦੀ ਹੁੰਦੀ ਹੈ. ਐਂਡ ਸੇਮ ਗੋਸ ਵਿਦ ਮੀ ਆਲਸੋ. ਕਈ ਵਾਰ ਮੈਂ ਬੋਲਦੀ ਹੂੰ ਕਿ ਮੈਂ दुर्गा माता बन जाऊंगी आप लोगों के सामने. एंड पत्ती भी बहुत डांटती है लोगों को, बट फिर आफ्टर 5-10 मिनट बाद मुझे लगता कि नहीं मेरे आप नहीं है. सो देयर शुड बी नो वन सिंगल डे. एक दिन कभी भी नहीं हो सकता. एवरी डे यू शुड सेलिब्रेट. घर में जाए जनता, घर में जाए तुम्हारे बच्चे, घर में जाए तुम्हारा सारी फैमिली. जब तक तुम अपने आप को खुश नहीं रख सकते हो ना, तुम किसी को भी खुश नहीं रख सकते. So first of all, you need to look after yourself. Only then you can help out the other persons. So pravachan bahut ho gaya. Once again, happy Teej to all of you. May God bless you all. May you celebrate every day like Teej, every day like Women's Day, every day like Diwali, Dashera, Navratras, everything. Every day you should be very, very happy. Because believe in one thing, that whatever you are going to give to universe, universe will give it back to you. May it be positive, may it be negative. वैसे कहते हैं कि यूनिवर्स में नेगेटिविटी नाम की कोई चीज नहीं है, ये हम ही है जो उसको देते हैं. ठीक है, सो ऑल द बेस्ट टू एवरीवन एंड हैप्पी टीच वन सम. थैंक यू. ਦੋਸਤੋ ਮੈਂ ਤੇ ਜਸਪ੍ਰੀਤ ਅੱਜ ਅਸੀਂ ਤ੍ਰਿੰਜਣਾ ਦੇ ਮੇਲੇ ਦੇ ਵਿੱਚ ਜਿੱਥੇ ਸਾਰੀਆਂ ਕੁੜੀਆਂ ਸਹੇਲੀਆਂ ਸਖੀਆਂ ਇਕੱਠੀਆਂ ਹੋਈਆਂ ਤੇ ਅੱਜ ਪਏਗਾ ਬੋਲੀਆਂ ਦਾ ਮੀਂਹ ਤੇ ਕੀ ਕਹੋਗੇ ਜਸਪ੍ਰੀਤ? ਬਿਲਕੁਲ, ਔਰ ਫ੍ਰੀ ਦੇ ਵਿੱਚ ਝੂਟੇ ਵੀ ਦਵਾਵਾਂਗੇ ਕਿਉਂਕਿ ਪੀਂਘਾਂ ਵੀ ਪਈਆਂ ਹੋਈਆਂ ਨੇ ਔਰ ਮਹਿੰਦੀ ਵੀ ਲਵਾਵਾਂਗੇ. ਬਈ ਸੌਣ ਹੈ, ਤੀਆਂ ਨੇ ਤੇ ਮਨਾਉਣੀਆਂ ਤਾਂ ਬਣਦੀਆਂ ਹੀ ਨੇ, ਤੇ ਫਿਰ ਅਸੀਂ ਕਿੱਦਾਂ ਪਿੱਛੇ ਰਹਿ ਸਕਦੇ ਹਾਂ? ਚੱਲੀਏ ਕੋਮਲ ਫਿਰ. ਬਿਲਕੁਲ ਬਿਲਕੁਲ, ਤੇ ਆਓ ਤੁਸੀਂ ਵੀ ਆ ਜਾਓ ਸਾਡੇ ਨਾਲ ਜਿਨ੍ਹਾਂ ਨੇ ਤੀਆਂ ਤੀਹ ਦੇ ਮੇਲੇ ਨੂੰ ਇੰਜੋਏ ਕਰਨਾ ਹੈ. ਆਓ ਚੱਲੀਏ, ਆ ਜਾਓ. ਮਹਿੰਦੀ 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 ਗਿੱਧੇ ਵਿੱਚ ਨੱਚਦੀ, ਗਿੱਧੇ ਵਿੱਚ ਨੱਚਦੀ ਮੇਰੇ ਧਮਕ ਕਾਲਜੇ ਪੈਂਦੀ. ਓ ਮਹਿੰਦੀ 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 ਗਿੱਧੇ ਵਿੱਚ ਨੱਚਦੀ, ਗਿੱਧੇ ਵਿੱਚ ਨੱਚਦੀ ਮੇਰੇ ਧਮਕ ਕਾਲਜੇ ਪੈਂਦੀ. ਓ ਗਲੀ ਵਿੱਚ ਗੇੜੇ ਮਾਰਦਾ, ਗਲੀ ਵਿੱਚ ਗੇੜੇ ਮਾਰਦਾ ਮੇਰੀ ਭਾਬੋ ਚਿੜਕਦੀ ਰਹਿੰਦੀ. ਮਹਿੰਦੀ 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 ਗਿੱਧੇ ਵਿੱਚ ਨੱਚਦੀ, ਗਿੱਧੇ
ਮੇਰੇ ਧਮਕ ਕਾਲਜੇ ਪੈਂਦੀ ਨੀ ਆ ਜਾ ਸੌਣ ਦਾ ਮਹੀਨਾ ਆ ਜਾ ਨੱਚ ਅੜੀਏ ਨੀ ਆ ਜਾ ਸੌਣ ਦਾ ਮਹੀਨਾ ਆ ਜਾ ਨੱਚ ਅੜੀਏ ਨਿੱਕੀ ਜਿਹੀ ਬਦਲੀ ਬਦਲਾਂ ਚੋਂ ਨਿਕਲੀ ਨਿੱਕੀ ਜਿਹੀ ਬਦਲੀ ਬਦਲਾਂ ਚੋਂ ਨਿਕਲੀ ਕਿੱਥੇ ਤੂੰ ਜਾ ਕੇ ਵਰਸੇਂਗੀ ਨੀ ਗਿੱਧਾ ਪਾ ਲੈ ਗਿੱਧੇ ਨੂੰ ਤਰਸੇਂਗੀ ਨੀ ਗਿੱਧਾ ਪਾ ਲੈ ਗਾੜੀਆਂ ਸੱਸ ਮੇਰੀ ਬੜੀ ਕਪੱਤੀ ਬਿਨਾ ਗੱਲ ਨਾ ਬੋਲੇ ਸੋਹਰਾ ਮੇਰਾ ਡਰਦਾ ਉਹ ਤਾਂ ਉੱਚੀ ਕਦੀ ਨਾ ਬੋਲੇ ਨੀ ਮੈਂ ਸੱਸ ਕੁੱਟਣੀ ਕੁੱਟਣੀ ਸੰਦੂਕਾਂ 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 ਬੋਲੇ ਨੀ ਹਰਾ ਪਾਉਣਾ ਨੀ ਜਿਹਾ ਪਾਉਣਾ ਨੀ ਹਰਾ ਪਾਉਣਾ ਨੀ ਜਿਹਾ ਪਾਉਣਾ ਮੇਰੇ ਬਾਪ ਦਾ ਜਵਾਈ ਨੀ ਬੜਾ ਸਾਡੇ ਨਾਲ ਖੜੇ ਨੇ ਜੀ ਮੈਮ ਸਾਡੇ ਪ੍ਰਿੰਸੀਪਲ ਸੋ ਅੱਜ ਮੇਲੇ ਵਿੱਚ ਉਹ ਵੀ ਮੇਲੇ ਦਾ ਸ਼ਿੰਗਾਰ ਬਣੇ ਨੇ ਸੋ ਉਹਨਾਂ ਦੇ ਨਾਲ ਕਰਦੇ ਹਾਂ ਗੱਲਬਾਤ ਸੋ ਤੀਆਂ ਤੀਹ ਦੇ ਮੇਲੇ ਬਾਰੇ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤੀਆਂ ਤੀਹ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਪੂਰੇ ਸੇਂਟ ਸੋਲਜਰ ਪਰਿਵਾਰ ਵੱਲੋਂ ਪੂਰੇ ਸੇਂਟ ਸੋਲਜਰ ਸਕੂਲ ਡਿਵਾਈਨ ਪਬਲਿਕ ਸਕੂਲ ਦੇ ਸਟਾਫ ਮੈਂਬਰਾਂ ਵੱਲੋਂ ਤੁਹਾਨੂੰ ਬਹੁਤ ਬਹੁਤ ਤੀਜ ਦੀ ਮੁਬਾਰਕ ਸੋ ਕੀ ਕਹਿਣਾ ਚਾਹੋਗੇ ਅੱਜ ਸਾਰੀਆਂ ਕੁੜੀਆਂ ਮਤਲਬ ਗਿੱਧੇ ਦੀਆਂ ਸ਼ੌਂਕੜਾਂ ਨੇ ਅਤੇ ਅੱਜ ਉਹਨਾਂ ਨੇ ਵੱਖਰਾ ਹੀ ਸ਼ਿੰਗਾਰ ਕੀਤਾ ਹੈ ਬਹੁਤ ਮਤਲਬ ਸੋਹਣੀਆਂ ਲੱਗਦੀਆਂ ਪਈਆਂ ਕੀ ਕਹਿਣਾ ਚਾਹੋਗੇ ਜਿੱਦਾਂ ਕਿ ਤੁਸੀਂ ਖੁਦ ਮੇਰਾ ਪਹਿਰਾਵਾ ਵੀ ਦੇਖ ਸਕਦੇ ਹੋ ਕਿ ਮੈਂ ਖੁਦ ਅੱਜ ਜਿਹੜੀ ਹੈਗੀ ਹੈ ਤੀਜ ਦੇ ਰੰਗ 'ਚ ਹੀ ਰੰਗੀ ਹੋਈ ਹਾਂ ਸੋ ਮੇਰਾ ਮੰਨਣਾ ਇਸ ਚੀਜ਼ 'ਚ ਹੈ ਮੈਂ ਇਸ ਚੀਜ਼ 'ਚ ਜ਼ਿਆਦਾ ਵਿਸ਼ਵਾਸ ਕਰਦੀ ਹਾਂ ਕਿ ਕੋਈ ਇੱਕ ਖਾਸ ਦਿਨ ਨਹੀਂ ਹੁੰਦਾ ਜਦੋਂ ਇੱਕ ਔਰਤ ਨੂੰ ਆਪਣਾ ਜਿਹੜਾ ਹੈਗਾ ਸੁੰਦਰਤਾ ਦਾ ਰੂਪ ਦਿਖਾਉਣਾ ਜ਼ਰੂਰੀ ਹੁੰਦਾ ਹਰ ਤਿਉਹਾਰ ਹਰ ਦਿਨ ਐਵਰੀ ਸੈਕਿੰਡ ਜਿਹੜਾ ਹੈਗਾ ਉਹ ਇੱਕ ਔਰਤ ਦਾ ਜਿਹੜਾ ਹੈਗਾ ਉਹ ਸੈਲੀਬ੍ਰੇਟਿਡ ਹੋਣਾ ਚਾਹੀਦਾ ਹੈਗਾ ਔਰਤ ਨੂੰ ਆਪਣੇ ਆਪ 'ਤੇ ਇਸ ਚੀਜ਼ 'ਚ ਗਰਵ ਕਰਨਾ ਚਾਹੀਦਾ ਮਾਣ ਕਰਨਾ ਚਾਹੀਦਾ ਕਿ ਭਗਵਾਨ ਦੀ ਸਭ ਤੋਂ ਬੈਸਟ ਕ੍ਰੀਏਸ਼ਨ ਉਹੀ ਹੈ ਔਰ ਇਸ ਕਰਕੇ ਅਸੀਂ ਇਹਨਾਂ ਛੋਟੇ ਛੋਟੇ ਤਿਉਹਾਰਾਂ ਨੂੰ ਕਿਉਂਕਿ ਸਕੂਲ ਦੇ ਵਿੱਚ ਦੇਖੋ ਜੀ ਬਰਡਨ ਬਹੁਤ ਹੁੰਦਾ ਬਹੁਤ ਕੰਮ ਹੁੰਦੇ ਆ ਬਟ ਇਹਨਾਂ ਸਭ ਦੇ ਵਿੱਚੋਂ ਨਿਕਾਲਣ ਲਈ ਇਹ ਇੱਕ ਤਰੀਕੇ ਦੇ ਸਾਡੇ ਰਿਲੈਕਸੇਸ਼ਨ ਡੇ ਹੁੰਦੇ ਨਾ ਜਿਹਦੇ ਕਿ ਸਾਡੇ ਟੀਚਰਸ ਆਰਾਮ ਕਰ ਸਕਣ ਥੋੜ੍ਹਾ ਆਪਣੇ ਦੁੱਖ ਸੁੱਖ ਵੰਡ ਸਕਣ ਔਰ ਬੋਲੀਆਂ ਪਾ ਸਕਣ ਇੰਜੋਏ ਕਰ ਸਕਣ ਔਰ ਆਪਣੀ ਇਨਰ ਬਿਊਟੀ ਨੂੰ ਬਾਹਰ ਲੈ ਕੇ ਆ ਸਕਣ
जी बिल्कुल सही गल है दोस्तों, कहते हैं कि जदों सौन महीना चढ़ता है तो भादो नूं उन्नी थोड़ी थोड़ी गाली गलोच भी पैंदी है, क्योंकि कहते हैं कि सौन वीर कट्ठिया करे भादो चंद्री विछोड़े पावे। सो मैं कहनी हूँ जो सौन वीर आंदा ना तो सारिया सहेलियां भैनों कट्ठिया करके लिया, खास करके जिहड़ियां नवीं सज वहीआं हुंदियां वो पेके घर में आंदी है तो सौन नूं मनाउंदी है तो वीर संधारा लैके आंदा, ये रस्मां ने। तो अच्छा जसप्रीत मैनू तो वाकई बहुत मज़ा आया, सो बोलियां पा के नच टप के मैं कहनी दिल हौला हो गया बिल्कुल, और इन्ने दिनों बाद गर्मी ने तो बस कराई हुई सी और अज तो पूरा पूरा इंजॉय किया और पिछे देखो सारे किन्ने खुश ने और खुशी तुहानूं मेरे चेहरे के उपर भी देखने मिल रही होनी है। सो जसप्रीत ने भी बहुत बोलियां पाइया ने, सो बोलियां जसप्रीत नूं भी बहुत आंदियां, कहिंदे ने हर मुटियार दे दिल च चाह हुंदे ने, सो जिहड़े चाह हुंदे ने सौण दे मेले च सारे मिलण दा चाह पूरे कीते जांदे ने बिल्कुल, और सारियां सहेलियां इकट्ठियां होईयां हुंदियां ने ते फिर क्यों ना खुशी जिहड़ी ओह मनाई जावे जी। सो असीं हमेशा सेंट सोल्डर विच मैं ते जसप्रीत नवें नवें प्रोग्राम लै के आउने आ, सो मैनूं लगदा कि अज दा प्रोग्राम तुहानूं बहुत ज़्यादा पसंद आएगा बिल्कुल, और इस दे नाल ही सानू दियो इजाजत, पर तुसी बने रहो सेंट सोल्डर टाइम्स दे नाल फेसबुक अते यूट्यूब ते।